ਹੁਣ ਅੰਤਰਰਾਸ਼ਟਰੀ ਗਰਮ ਮਸਾਲਾ ਖਬਰਾਂ। ਅੱਜ ਭਾਰਤ ਅੰਤਰਰਾਸ਼ਟਰੀ ਪੱਧਰ ਤੇ ਫੇਰ ਸੁਰਖੀਆਂ ਵਿੱਚ ਰਿਹਾ। ਪੰਜਾਬ ਪ੍ਰਾਂਤ ਦੇ ਲੁੱਖਾ ਤੇ ਭੁੱਖਾ ਨਾਮਕ ਦੋ ਅਣਖੀ ਨੌਜਵਾਨਾਂ ਨੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਅੰਗਰੇਜ਼ਾਂ ਦੀ ਜੰਮ ਕੇ ਪਿਟਾਈ ਕੀਤੀ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਲੁੱਖੇ ਤੇ ਭੁੱਖੇ ਨਾਲ ਜ਼ਿਆਦਤੀ ਕਰਦਿਆਂ ਦੋਨਾਂ ਨੂੰ ਡਿਪੋਰਟ ਕੀਤਾ ਗਿਆ। ਕਰਨ ਜਸਬੀਰ ਤੇ ਯੋ ਯੋ ਹਨੀ ਸਿੰਘ ਸਦਾ ਹੀ ਜਵਾਨ ਤੇ ਮੁੱਛ ਖੜੀ ਰੱਖਣ ਵਾਲੀ ਦੁਨੀਆ ਦੀ ਸਤਿਕਾਰਯੋਗ ਕੌਮ ਛੜਿਆਂ ਦੀ ਗੱਲ ਕਰਨ ਲੱਗੇ ਆ, ਜਿਨ੍ਹਾਂ ਦੀ ਆਪ ਬਣਾਈ ਅੱਧ ਪੱਕੀ ਰੋਟੀ ਵੀ ਫਾਈਵ ਸਟਾਰ ਦੀ ਰੋਟੀ ਨੂੰ ਮਾਤ ਪਾਉਂਦੀ ਹੈ। ਖਾਣੇ ਪਿੱਛੋਂ ਦਿੰਦਾ ਚੀਨੀ ਨਾਲ ਸੌਂਪਣੀ ਉਹ ਖਿੱਚੀ ਵਹਿਰੀਆਂ।